ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਆਪਣੀ ਹੀ ਪਾਰਟੀ ਦੇ ਵਰਕਰਾਂ ਵੱਲੋਂ ਵਿਰੋਧ ਲਗਾਤਾਰ ਜਾਰੀ ਹੈ। ਹੁਣ ਮੋਗਾ ਦੇ ਨਿਹਾਲ ਸਿੰਘ ਵਾਲਾ ਤੋਂ ਐਲਾਨੇ ਗਏ ਉਮੀਦਵਾਰ ਮਨਜੀਤ ਸਿੰਘ ਬਿਲਾਸਪੁਰ ਦਾ ਵੀ ਹਲਕੇ ਦੇ ਆਪ ਵਲੰਟੀਅਰਾਂ ਵੱਲੋਂ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਹੈ। ਵਿਰੋਧ ਕਰ ਰਹੇ ਵਰਕਰਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਬਿਨਾਂ ਜਾਂਚ ਪੜਤਾਲ ਕੀਤੇ ਟਿਕਟ ਦਿੱਤੀ ਹੈ। ਉਹਨਾਂ ਮਨਜੀਤ ਸਿੰਘ ਬਿਲਾਸਪੁਰ ਉੱਪਰ ਭ੍ਰਿਸ਼ਟਾਚਾਰ ਦੇ ਆਰੋਪ ਵੀ ਲਗਾਏ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਪਾਰਟੀ ਹਾਈਕਮਾਂਡ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਹੈ ਤੇ ਉਹ ਕੀ ਕਾਰਵਾਈ ਕਰਦੇ ਹਨ ਕੁਝ ਕਿਹਾ ਨਹੀਂ ਜਾ ਸਕਦਾ। ਉਹਨਾਂ ਪਾਰਟੀ ਨੂੰ ਉਮੀਦਵਾਰ ਬਦਲ ਕੇ ਕਿਸੇ ਚੰਗੇ ਅਕਸ ਵਾਲੇ ਉਮੀਦਵਾਰ ਨੂੰ ਟਿਕਟ ਦੇਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਉਹ ਕੇਜਰੀਵਾਲ ਦੀ ਸੋਚ ਦੇ ਨਾਲ ਖੜੇ ਹਨ, ਪਰ ਅਗਰ ਪਾਰਟੀ ਨੇ ਉਮੀਦਵਾਰ ਨਾ ਬਦਲਿਆ ਤਾਂ ਉਸ ਨੂੰ ਹਲਕੇ ਵਿੱਚ ਪ੍ਰਚਾਰ ਕਰਨ ਤੋਂ ਰੋਕਿਆ ਜਾਵੇਗਾ, ਜਿਸ ਨਾਲ ਪਾਰਟੀ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਇਹ ਨਾਲੋਂ ਬਹੁਤ ਭਰਵੀਂ ਮੀਟਿੰਗ ਹੋਈ ਆ ਜਿਹਦੇ ਵਿੱਚ ਸਾਰੇ ਅਸੀਂ ਵਲੰਟੀਅਰ ਪਿੰਡਾਂ ਤੋਂ ਜਿਹੜੇ ਰਹਿ ਗਏ ਸੀ ਉਹਨਾਂ ਨੂੰ ਇਕੱਠੇ ਕਰਿਆ ਗਾ। ਅੱਜ ਸਾਡਾ ਇਹੀ ਮਕਸਦ ਸੀਗਾ ਵੀ ਜਿਹੜਾ ਹਾਈ ਕਮਾਂਡ ਆ ਵੀ ਉਹ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਣ ਵਾਲੀ ਪਾਰਟੀ ਨੇ ਸਾਡੇ ਨਾਲ ਧੋਖਾ ਕੀਤਾ। ਜਿਹੜਾ 4 ਮਹੀਨੇ ਪਹਿਲਾਂ ਪਾਰਟੀ ਵਿੱਚ ਸ਼ਾਮਿਲ ਹੋਇਆ ਵਿਅਕਤੀ ਆ ਮਨਜੀਤ ਸਿੰਘ ਬਿਲਾਸਪੁਰ, ਉਸ ਨੂੰ ਟਿਕਟ ਦਿੱਤੀ ਗਈ ਆ। ਅਸੀਂ ਉਹਦਾ ਸਾਰੇ ਪਿੰਡ ਵਾਸੀ ਪਿੰਡਾਂ ਤੋਂ ਆਏ ਆ ਜਿਹੜੇ ਲੋਕ ਉਹਦਾ ਵਿਰੋਧ ਕਰਦੇ ਹਾਂ। ਸਾਨੂੰ ਜਿਹੜੀ ਇਹ ਟਿਕਟ ਆ ਇਹ ਬਦਲੀ ਜਾਵੇ। ਅਸੀਂ ਕੇਜਰੀਵਾਲ ਦੀ ਉਹ ਸੋਚ ਦੇ ਨਾਲ ਖੜੇ ਹਾਂ ਜਿਹੜੀ ਉਹਨਾਂ ਨੇ ਜੰਤਰ ਮੰਤਰ ਗਰਾਊਂਡ ਤੋਂ ਦਿੱਲੀ ਤੋਂ ਸਟਾਰਟ ਕੀਤੀ ਸੀ। ਅਸੀਂ ਉਹ ਬੰਦੇ ਹਾਂ ਜਿਹੜੇ ਇਨਕਲਾਬੀ ਲਹਿਰਾਂ ਦੇ ਨਾਲ ਜੁੜੇ ਹੋਏ ਬੰਦੇ ਹਾਂ। ਸੋ ਅਸੀਂ ਇਨਕਲਾਬ ਪਸੰਦ ਕਰਦੇ ਹਾਂ, ਨਾ ਕਿ ਇਹੋ ਜਿਹੜੇ ਸਾਨੂੰ ਉਮੀਦਵਾਰ ਦਿੱਤੇ ਆ ਜਿਨ੍ਹਾਂ ਨੇ ਲੋਕਾਂ ਨਾਲ ਠੱਗੀਆਂ ਮਾਰੀਆਂ, ਧੋਖਾ ਕਰਦੇ ਆ। ਸਾਨੂੰ ਇਹ ਬੰਦੇ ਨਹੀਂ ਚਾਹੀਦੇ। ਅਸੀਂ ਇਹਨਾਂ ਦਾ ਪੂਰੇ ਜ਼ੋਰ 'ਤੇ ਵਿਰੋਧ ਕਰਦੇ ਹਾਂ। ਇਨਕਲਾਬ ਜ਼ਿੰਦਾਬਾਦ। ਮੋਗਾ ਤੋਂ ਬਿਊਰੋ ਰਿਪੋਰਟ, ਖਬਰ ਹਰਪਲ ਇੰਡੀਆ ਲਈ।